ਕਾਂਗਰਸ ਦੇ ਸਾਰੇ ਮੈਂਬਰ ਸਾਹਿਬਾਨ ਨੂੰ ਉਹਨਾਂ ਨੂੰ ਮੈਂ ਗੁਜ਼ਾਰਿਸ਼ ਕਰਦਾ ਬਾਹਰ ਚਲੇ ਜਾਣ। ਮੈਂ ਕਾਂਗਰਸ ਦੇ ਸਾਰੇ ਮੈਂਬਰ ਸਾਹਿਬਾਨ ਨੂੰ ਬਿਨਾਂ ਸੰਦੀਪ ਜਾਖੜ ਤੋਂ ਮੈਂ ਨੇਮ ਕਰਦਾ ਔਰ ਉਹਨਾਂ ਨੂੰ ਮੈਂ ਗੁਜ਼ਾਰਿਸ਼ ਕਰਦਾ ਕਿ ਅਗਰ ਉਹਨਾਂ ਨੇ ਹਾਊਸ ਨੂੰ ਆਰਡਰ ਚ ਨਹੀਂ ਚੱਲਣ ਦੇਣਾ ਤਾਂ ਉਹ ਬਾਹਰ ਚਲੇ ਜਾਣ। ਯੈਸ ਨਹੀਂ ਬਿਲਕੁਲ ਜਾਂ ਤਾਂ ਹੁਣ ਤੁਸੀਂ ਆਪਣੇ ਆਪ ਬਾਹਰ ਚਲੇ ਜਾਓ ਜਾਂ ਤੁਹਾਨੂੰ ਬਾਹਰ ਕੱਢ ਦਿੱਤਾ ਜਾਏਗਾ। ਯੈਸ ਯੈਸ ਤੁਸੀਂ ਬਾਹਰ ਚਲੇ ਜਾਓ, ਤੁਸੀਂ ਜਾਓ ਬਾਹਰ। ਇਹਨਾਂ ਨੂੰ ਮੈਂ ਮਾਰਸ਼ਲ ਨੂੰ ਹੁਕਮ ਕਰਦਾ ਕਿ ਕਾਂਗਰਸ ਦੇ ਮੈਂਬਰ ਨੂੰ ਬਾਹਰ ਕੱਢਦੇ ਜਾਓ। ਜਾਂ ਤਾਂ ਸੀਟਾਂ ਤੇ ਬਹਿ ਜਾਓ ਨਹੀਂ ਤੁਸੀਂ ਬਾਹਰ ਜਾਓਗੇ। ਕੱਢੋ ਬਾਹਰ, ਇਹ ਹਾਊਸ ਕਾਇਦੇ ਨਾਲ ਚੱਲੇਗਾ, ਹਾਊਸ ਕਾਇਦੇ ਨਾਲ ਚੱਲੇਗਾ। ਜਿੰਨਾ ਅਲੋਟਡ ਟਾਈਮ ਹੈ ਉਸ ਤੋਂ 5 ਮਿੰਟ ਵੱਧ ਇਹਨਾਂ ਦਾ ਟਾਈਮ ਬਣਦਾ ਨਹੀਂ ਸੀ, ਇਹਨਾਂ ਨੂੰ 5 ਮਿੰਟ ਵੱਧ ਟਾਈਮ ਦਿੱਤਾ ਗਿਆ। ਚਲੋ ਜੀ ਸੱਚ, ਅਸੀਂ ਵੀ ਸੱਚ ਹੀ ਬੋਲ ਰਹੇ ਹਾਂ। ਸਾਰੇ ਮੈਂਬਰ ਸਾਹਿਬਾਨ ਨੂੰ ਬੇਨਤੀ ਕੀਤੀ ਜਾਂਦੀ ਹੈ ਆਪਣੇ ਆਪਣੇ ਸੀਟਾਂ ਤੇ ਚਲੇ ਜਾਣ, ਔਰ ਮਾਰਸ਼ਲ ਨੂੰ ਹੁਕਮ ਕੀਤਾ ਜਾਂਦਾ ਹੈ ਕਿ ਕਾਂਗਰਸ ਦੇ ਮੈਂਬਰ ਜਿਹੜੇ ਬਿਨਾਂ ਸੰਦੀਪ ਜਾਖੜ ਤੋਂ ਸਾਰਿਆਂ ਨੂੰ ਬਾਹਰ ਕਰਤਾ ਜੀ, ਜਿਹੜੇ ਜਿਹੜੇ ਖੜੇ ਨੇ। ਸਦਨ